A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ਅਟਵਾਲ ਬਹੁਤ ਬਹੁਤ ਸਵਾਗਤ ਕਰਦੀ ਹਾਂ। ਹਾਂਜੀ, ਅੱਜ ਅਸੀਂ ਜੋ ਲਾਈਵ ਪ੍ਰੋਗਰਾਮ ਦਾ ਵਿਸ਼ਾ ਲੈ ਕੇ ਆਏ ਹਾਂ, ਉਹ ਵਿਸ਼ਾ ਇੱਥੇ ਹੈ ਕਿ ਰਾਤੋ ਰਾਤ ਸਵਿਗੀ ਤੇ ਜ਼ੋਮੈਟੋ ਨੇ ਵਧਾਏ ਆਪਣੇ ਰੇਟ। ਇੱਕ ਪਾਸੇ ਤਾਂ ਟੈਲੀਕਾਮ ਕੰਪਨੀਆਂ ਦੇ ਵੱਲੋਂ ਰੀਚਾਰਜ ਪਲਾਨਸ ਦੇ ਵਿੱਚ ਵਾਧਾ ਕੀਤਾ ਗਿਆ ਸੀ ਤੇ ਇਸ ਦੀ ਮਾਰ ਯਾਨੀ ਕਿ ਮਹਿੰਗਾਈ ਦੀ ਮਾਰ ਲੋਕਾਂ ਦੇ ਉੱਤੇ ਸੀ, ਤੇ ਦੂਜੇ ਪਾਸੇ ਜੇਕਰ ਹੁਣ ਆਪਾਂ ਗੱਲ ਕਰ ਲਈਏ ਜ਼ੋਮੈਟੋ ਤੇ ਸਵਿਗੀ ਵਰਗੀ ਐਪਸ ਦੀ, ਜਿਨ੍ਹਾਂ ਤੋਂ ਕਿਤੇ ਨਾ ਕਿਤੇ ਆਨਲਾਈਨ ਫੂਡ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ, ਤੇ ਇੱਥੇ ਹੁਣ ਇਹਨਾਂ ਵੱਲੋਂ ਵੀ ਜਿਹੜੇ ਆਪਣੇ ਰੀਚਾਰਜ ਸੋਰੀ ਇੱਥੇ ਜਿਹੜੇ ਰੇਟ ਨੇ ਉਹ ਵਧਾ ਦਿੱਤੇ ਗਏ ਨੇ। ਤਾਂ ਜੇਕਰ ਆਪਾਂ ਖਾਣ ਪਾਣ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਮੋਸਟਲੀ ਬਾਹਰ ਦਾ ਖਾਣਾ ਜਿਹੜਾ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ, ਕਿਉਂਕਿ ਸਮਾਂ ਇੱਦਾਂ ਦਾ ਚੱਲ ਰਿਹਾ ਕਿ ਸਮੇਂ ਦੇ ਫਾਸਟ ਕਰਕੇ ਬਹੁਤ ਜ਼ਿਆਦਾ ਕਈ ਵਾਰ ਕੀ ਹੁੰਦਾ ਕਿ ਘਰਾਂ ਦੇ ਵਿੱਚ ਖਾਣਾ ਬਣਾਉਣਾ ਜਾਂ ਫਿਰ ਘਰਾਂ ਦੇ ਵਿੱਚ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ। ਪਰ ਜਿਹੜੇ ਲੋਕ ਜੌਬ ਕਰਦੇ ਨੇ, ਨੌਕਰੀਆਂ ਕਰਦੇ ਨੇ, ਬਾਹਰ ਰਹਿੰਦੇ ਨੇ, ਜ਼ਿਆਦਾਤਰ ਉਹ ਸਭ ਤੋਂ ਵੱਧ ਜਿਹੜਾ ਆਪਾਂ ਕਹਿ ਸਕਦੇ ਹਾਂ ਚਲਾਉਣ ਵਾਲੇ ਜਿਹੜੇ ਐਪ ਨੇ ਉਹ ਹੈ ਸਵਿਗੀ ਤੇ ਜ਼ੋਮੈਟੋ। ਤਾਂ ਸਵਿਗੀ ਤੇ ਜ਼ੋਮੈਟੋ ਤੇ ਫਟਾਫਟ ਜਿਹੜਾ ਫੂਡ ਆਰਡਰ ਕਰ ਦਿੱਤਾ ਜਾਂਦਾ ਹੈ ਤੇ ਉਹ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚ ਵੀ ਜਾਂਦਾ ਹੈ। ਪਰ ਜੇਕਰ ਇੱਥੇ ਗੱਲ ਕਰਦੇ ਹਾਂ ਮਹਿੰਗਾਈ ਦੀ, ਤਾਂ ਮਹਿੰਗਾਈ ਦੀ ਇੱਕ ਵਾਰ ਫਿਰ ਤੋਂ ਮਾਰ ਦੇਖਣ ਨੂੰ ਮਿਲੀ ਹੈ ਆਮ ਲੋਕਾਂ ਤੇ। ਇੱਥੇ ਸਵਿਗੀ ਤੇ ਜ਼ੋਮੈਟੋ ਵਾਲਿਆਂ ਦੇ ਵੱਲੋਂ ਆਪਣੇ ਜਿਹੜੇ ਪ੍ਰਾਈਸ ਨੇ, ਡਿਲੀਵਰੀ ਚਾਰਜ ਲਗਾ ਲਓ ਜਾਂ ਫਿਰ ਫੂਡਸ ਦੇ ਚਾਰਜ ਲਗਾ ਲਓ, ਇੱਥੇ ਇਹਨਾਂ ਦੇ ਵਿੱਚ ਵਾਧਾ ਜਿਹੜਾ ਹੈ ਕਾਫੀ ਹੱਦ ਤੱਕ ਦੇਖਣ ਨੂੰ ਮਿਲਿਆ ਹੈ। ਤੇ ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਮਹਿੰਗਾਈ ਦੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਉੱਤੇ ਮਾਰ ਪਈ ਹੈ। ਤੇ ਤੀਸਰੀ ਤਰਫ ਜੇਕਰ ਆਪਾਂ ਗੱਲ ਇੱਥੇ ਕਰ ਲੈਂਦੇ ਹਾਂ ਮੰਡੀ ਦੀ, ਤਾਂ ਮੰਡੀ ਦੇ ਰੇਟਾਂ ਦੇ ਵੀ ਤੁਹਾਨੂੰ ਪਤਾ ਹੀ ਹੋਏਗਾ ਕਿ ਮਹਿੰਗਾਈ ਕਿੰਨੀ ਜ਼ਿਆਦਾ ਵੱਧ ਰਹੀ ਹੈ। ਤੇ ਇੱਥੇ ਕੁਝ ਕੁ ਜਿਹੜੇ ਸਬਜ਼ੀਆਂ ਦੇ ਰੇਟ ਨੇ ਉਹ ਵੱਧ ਚੁੱਕੇ ਨੇ। ਪਰ ਜੇਕਰ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਆਨਲਾਈਨ ਫੂਡ ਦੀ, ਤਾਂ ਆਨਲਾਈਨ ਫੂਡ ਜੋ ਲੋਕ ਪ੍ਰੈਫਰ ਕਰਦੇ ਨੇ, ਹੁਣ ਉਹਨਾਂ ਨੂੰ ਇੱਥੇ ਇੱਕ ਵੱਡਾ ਝਟਕਾ ਜਿਹੜਾ ਹੈ ਇਹ ਦੇ ਦਿੱਤਾ ਗਿਆ ਇਹਨਾਂ ਕੰਪਨੀਆਂ ਦੇ ਵੱਲੋਂ, ਕਿਉਂਕਿ ਇੱਥੇ ਰਾਤੋ ਰਾਤ ਸਵਿਗੀ ਤੇ ਜ਼ੋਮੈਟੋ ਨੇ ਆਪਣੇ ਜਿਹੜੇ ਡਿਲੀਵਰੀ ਚਾਰਜ ਨੇ ਜਾਂ ਫੂਡ ਦੇ ਚਾਰਜ ਨੇ ਉਹ ਮਹਿੰਗੇ ਕਰ ਲਏ ਨੇ। ਸਾਡੇ ਨਾਲ ਇੱਥੇ ਇੱਕ ਕਾਲਰ ਵੀ ਜੁੜੇ ਨੇ, ਆਪਾਂ ਉਹਨਾਂ ਦੇ ਨਾਲ ਵੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਸਰ, ਕਿੱਥੋਂ ਬੋਲਦੇ ਹੋ? ਸੰਜੀਵ ਸ਼ਰਮਾ ਬੋਲ ਰਿਹਾ ਜੀ, ਖਰੜ ਤੋਂ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ A1 ਪੰਜਾਬੀ ਟੀਵੀ ਤੇ। ਰਾਤੋ ਰਾਤ ਸਵਿਗੀ ਤੇ ਜ਼ੋਮੈਟੋ ਨੇ ਆਪਣੇ ਜਿਹੜੇ ਪ੍ਰਾਈਸ ਨੇ ਉਹ ਵਧਾ ਦਿੱਤੇ ਗਏ ਨੇ, ਤਾਂ ਕੀ ਲੱਗਦਾ ਹੈ ਕਿ ਆਮ ਲੋਕਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਮਹਿੰਗਾਈ ਨੇ ਜਿਹੜੀ ਮਾਰ ਹੈ ਉਹ ਪਾ ਦਿੱਤੀ ਹੈ? ਬਿਲਕੁਲ ਮੈਡਮ, ਲੇਕਿਨ ਇਹ ਰਸਤਾ ਕਿਹਨਾਂ ਨੇ ਦਿਆ ਜੀ? ਇਹ ਰਸਤਾ ਨੀ ਅਸੀਂ ਲੋਕਾਂ ਨੇ ਦਿਆ ਜੀ। ਕੁਛ ਕੁ ਸਾਲ ਪਹਿਲਾਂ ਜਾ ਕੇ ਦੇਖੋ ਕਿਹੜਾ ਸਵਿਗੀ ਕਿਹੜਾ ਜ਼ੋਮੈਟੋ ਹੁੰਦਾ ਸੀਗਾ ਜੀ, ਜਿਹਨੂੰ ਜ਼ਰੂਰਤ ਹੁੰਦੀ ਸੀ ਜਾਂਦਾ ਸੀ, ਅਗਲਾ ਆਪਣੀ ਚੀਜ਼ ਲੈਂਦਾ ਸੀ, ਖਾਂਦਾ ਸੀ, ਪੀਂਦਾ ਸੀ, ਸਾਹਮਣੇ ਬਣਵਾ ਕੇ ਜੋ ਵੀ ਹੁੰਦਾ ਸੀ ਅੱਖਾਂ ਦੇ ਸਾਹਮਣੇ ਹੁੰਦਾ ਸੀ। ਦੇਖੋ ਮੈਡਮ, ਇਹਨਾਂ ਨੂੰ ਤਰਜੀਹ ਦੇਣ ਵਾਲੇ ਅਸੀਂ ਲੋਕ ਹੈ ਜੀ। ਬਿਲਕੁਲ ਜੀ, ਬਿਲਕੁਲ। ਹੁਣ ਅਸੀਂ ਸਾਡੀ ਇਹ ਕਮਜ਼ੋਰੀ ਬਣ ਗਈ ਜੀ। ਜਿਹੜੇ ਚਲੋ ਮਜਬੂਰੀ ਚ ਰਹਿੰਦੇ ਆ, ਜਿਹਨਾਂ ਦਾ ਨਹੀਂ ਕੋਈ ਰੋਟੀ ਪਾਣੀ ਦਾ ਮਸਲਾ ਹੁੰਦਾ, ਉਹ ਉਹਨਾਂ ਨੇ ਕਿਤੇ ਨਾ ਕਿਤੇ ਮੰਗਾਉਣਾ ਹੁੰਦਾ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਆਪਣਾ ਕੇ ਖਾਣ ਕੇ ਜਾਏ, ਇੰਤਜ਼ਾਮ ਹੁੰਦਾ। ਲੇਕਿਨ ਬਹੁਤ ਲੋਕ ਇੱਥੇ ਇਹ ਵੀ ਦੇਖਿਆ, ਜਿਹੜਾ ਪੂਰੀ ਦੀ ਪੂਰੀ ਪਰਿਵਾਰ ਹੁੰਦਾ, ਪੂਰੀ ਦੀ ਪੂਰੀ ਫੈਮਿਲੀ ਹੁੰਦੀ, ਲੋਕ ਬੁਕਿੰਗ ਕਰਵਾਉਣੇ ਜੀ, ਖਾਣ ਪੀਣ ਦੇ ਨਾਲ ਬੁਕਿੰਗ ਕਰਵਾਉਂਦੇ ਆ, ਫਿਰ ਕਈ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ, ਫਿਰ ਗੰਦ ਮੰਦ ਸਾਨੂੰ ਮਿਲਦਾ, ਕਿਸੇ ਚ ਕੁਛ ਮਿਲਦਾ, ਕਿਸੇ ਚ ਕੁਛ ਮਿਲਦਾ। ਅਸੀਂ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਗੁਰੇਜ਼ ਕਰੋ ਜੀ, ਪਰਹੇਜ਼ ਕਰੋ ਇਹਨਾਂ ਚੀਜ਼ਾਂ ਤੋਂ ਜੀ, ਜਿਹੜਾ ਅਸੀਂ ਆਰਡਰ ਤੇ ਖਾਸ ਕਰਕੇ ਖਾਣ ਦਾ ਪੀਣ ਦਾ ਸਮਾਨ ਲਵਾਂਗੇ। ਬਿਲਕੁਲ ਜੀ, ਬਿਲਕੁਲ। ਦੇਖੋ ਇੱਥੇ ਖਾਣ ਪਾਣ ਦੀਆਂ ਚੀਜ਼ਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਤਾਂ ਜਿੱਦਾਂ ਕਿ ਇੱਥੇ ਆਨਲਾਈਨ
ਫੂਡ ਜਿਹੜੇ ਐਪਸ ਨੇ ਇਹ, ਜਿੱਦਾਂ ਕਿ ਹੁਣ ਇੱਥੇ ਸਵੀਗੀ ਤੇ ਜ਼ੋਮੈਟੋ ਦੀ ਆਪਾਂ ਗੱਲ ਵੀ ਕਰ ਰਹੇ ਹਾਂ, ਕੀ ਲੱਗਦਾ ਸ਼ਰਮਾ ਜੀ ਇੱਥੇ ਕਿ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਇੰਨਾ ਕਿਤੇ ਨਾ ਕਿਤੇ ਆਨਲਾਈਨ ਫੂਡ ਜਦੋਂ ਆਪਾਂ ਪ੍ਰੈਫਰ ਕਰਦੇ ਹਾਂ, ਤਾਂ ਆਪਾਂ ਇੱਕ ਲਾਈਵ ਵੀ ਕੀਤਾ ਸੀ ਕਿ ਮਿਲਾਵਟ ਵਾਲਾ, ਕਿ ਇੱਥੇ ਖਾਣ ਪਾਣ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਨਿਕਲ ਆਉਂਦੀਆਂ ਨੇ, ਤਾਂ ਇੱਥੇ ਲੋਕਾਂ ਨੂੰ ਹੁਣ ਇੱਕ ਮਹਿੰਗਾਈ ਦੀ ਮਾਰ ਹੋ ਗਈ, ਦੂਜਾ ਨਕਲੀ ਜਿਹੜੀ ਚੀਜ਼ਾਂ ਬਣ ਰਹੀਆਂ ਨੇ ਖਾਣ ਪੀਣ ਵਾਲੀਆਂ, ਤਾਂ ਇੱਥੇ ਲੋਕਾਂ ਨੂੰ ਹੁਣ ਥੋੜਾ ਚੁਕੰਨਾ ਹੋਣ ਦੀ ਜ਼ਰੂਰਤ ਹੈ। ਦੇਖੋ ਮੈਡਮ, ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜੀ ਵੀ ਅਸੀਂ ਕੋਈ ਚੀਜ਼ ਖਰੀਦਣੀ ਹੈ, ਚਾਹੇ ਉਹ ਖਾਣ ਪੀਣ ਦੀ ਚੀਜ਼ ਹੈ, ਚਾਹੇ ਸਾਡੀ ਕੋਈ ਆਮ ਜ਼ਰੂਰਤ ਦੀ ਚੀਜ਼ ਹੈ ਜੀ, ਅਸੀਂ ਕਿਉਂ ਬੁਕਿੰਗ ਤੇ ਲੈਂਦੇ ਜੀ, ਅਸੀਂ ਕਿਉਂ ਨੀ ਦੁਕਾਨ ਤੇ ਲਾ ਕੇ ਜਾ ਕੇ ਦਿੰਦੇ ਜੀ? ਠੀਕ ਹੈ, ਕਈ ਵਾਰ ਸਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਸਾਨੂੰ ਚੀਜ਼ ਮੰਗਵਾ ਲੈਣੀ ਚਾਹੀਦੀ ਹੈ। ਦੇਖੋ ਇਸ ਦਾ ਜ਼ਿਆਦਾਤਰ ਕੇਸ ਦੇਖਿਆ ਮੈਡਮ, ਜਿਨ੍ਹਾਂ ਨੇ ਵੀ ਆਰਡਰ ਕਰਕੇ ਚੀਜ਼ਾਂ ਮੰਗਾਈਆਂ, 80-90% ਲੋਕਾਂ ਦੇ ਲਫੜੇ ਹੀ ਪਏ ਹੈ ਜੀ। ਜੀ ਬਿਲਕੁਲ, ਦੇਖੋ ਜੇ ਸਵਿਗੀ ਜੋਮੈਟੋ ਵਾਲੇ ਦੀ ਗੱਲ ਕਰਦੇ ਹਾਂ, ਜਿਹੜੇ ਇਹਨਾਂ ਦੇ ਅੱਗੇ ਬੰਦੇ ਜਿਨ੍ਹਾਂ ਨੇ ਅੱਗੇ ਦੇਣਾ ਹੁੰਦਾ, ਅੱਗੇ ਤੱਕ ਖਾਣਾ ਪਹੁੰਚਾਉਣਾ ਹੁੰਦਾ ਜਾਂ ਆਪਣਾ ਉਹ ਪਾਰਸਲ ਪਹੁੰਚਾਉਣਾ ਹੁੰਦਾ, ਜੋ ਵੀ ਇਹ ਕੰਮ ਕਰਦੇ ਹੈ ਜੀ, ਉਹਨਾਂ ਨੂੰ ਅੱਗੇ ਤੁਸੀਂ ਵਰਕ ਕਰਦੇ ਦੇਖੋ ਮੈਡਮ, ਉਹਨਾਂ ਦੀ ਬਾਈਕ ਦੀ ਜਾਂ ਸਕੂਟਰੀਆਂ ਦੀ ਮੋਟਰਸਾਈਕਲਾਂ ਦੀ ਤੁਸੀਂ ਸਪੀਡ ਦੇਖੋ ਜਾਂ ਇੰਨੀ ਕਾਹਲੀ ਜਲਦਬਾਜ਼ੀ ਦੇਖੋ। ਕਈ ਬੰਦਿਆਂ ਨੇ ਤਾਂ ਅਸੀਂ ਪਿੱਛੇ ਬੈਗ ਟੰਗੇ ਵੀ ਹੁੰਦੇ ਹਾਂ, ਖਾਣਾ ਖਿੰਡਦਾ ਦੇਖਿਆ, ਡਿੱਗਦਾ ਦੇਖਿਆ, ਐਕਸੀਡੈਂਟ ਹੁੰਦੇ ਦੇਖਿਆ। ਬਿਲਕੁਲ, ਦੇਖੋ ਕੀ ਕਹਿਣਾ ਚਾਹੋਗੇ ਸ਼ਰਮਾ ਜੀ, ਜਿੱਦਾਂ ਕਿ ਤੁਸੀਂ ਇੱਥੇ ਦੱਸਿਆ ਕਿ ਖਾਣੇ ਦੀ ਵੇਸਟੇਜ ਵੀ ਆਪਾਂ ਕਈ ਵਾਰ ਲੋਕਾਂ ਦੇ ਹੀ ਹੱਥੋਂ ਦੇਖੀ ਹੈ, ਕੀ ਲੱਗਦਾ ਕਿ ਇੱਥੇ ਹੁਣ ਇਹ ਜਿਹੜੇ ਐਪਸ ਨੇਗੇ, ਆਨਲਾਈਨ ਫੂਡ ਡਿਲੀਵਰੀ ਐਪਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਸਵਿਗੀ ਹੋ ਗਿਆ, ਜ਼ੋਮੈਟੋ ਹੋ ਗਿਆ, ਕਿ ਇਹਨਾਂ ਨੇ ਆਪਣੇ ਰੇਟ ਜਿਹੜੇ ਨੇ ਅਚਾਨਕ ਰਾਤੋਂ ਰਾਤ ਵਧਾ ਦਿੱਤੇ ਨੇ, ਇਸਦਾ ਆਪਾਂ ਅਸਲ ਕਾਰਨ ਕੀ ਕਹਿ ਸਕਦੇ ਹਾਂ? ਕਿਉਂਕਿ ਦੇਖੋ ਮਹਿੰਗਾਈ ਇੱਕ ਪਾਸੇ ਵੱਧ ਰਹੀ ਹੈ, ਟੈਲੀਕਾਮ ਕੰਪਨੀਆਂ ਵੱਲੋਂ ਰਿਚਾਰਜ ਪਲਾਨ ਵਧਾ ਦਿੱਤੇ ਗਏ ਨੇ, ਕੀ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿ ਇੱਥੇ ਮਹਿੰਗਾਈ ਇਹਨਾਂ ਦੇ ਵਿੱਚ ਵੀ ਕੀਤੀ ਗਈ ਹੈ ਕਿ ਮੁਨਾਫਾ ਜ਼ਿਆਦਾ ਹੋ ਸਕੇ? ਦੇਖੋ ਮੈਡਮ, ਰਜਿੰਦਰ ਜੀ ਮਾਨਸਾ ਤੋਂ ਜੁੜਦੇ, ਉਹਨਾਂ ਦੀ ਗੱਲ ਮੇਰੇ ਹਮੇਸ਼ਾ ਯਾਦ ਰਹਿੰਦੀ ਹੈ ਜੀ, ਵੀ ਜਿਹੜੀਆਂ ਪਬਲਿਕ ਦੇ ਵਿੱਚ ਲੋਕਾਂ ਦੇ ਚੀਜ਼ਾਂ ਆਉਂਦੀਆਂ ਜਾਂ ਜਿਹੜੀਆਂ ਰੋਜ਼ਾਨਾ ਦੀਆਂ ਚੀਜ਼ਾਂ, ਸਾਡੀ ਵਰਤੋਂ ਦੀਆਂ ਚੀਜ਼ਾਂ, ਉਹਨਾਂ ਦੇ ਜਿਹੜੀ ਖਰੀਦੋ ਫਰੋਖਤ ਆ ਜਾਂ ਰੇਟ ਤੈਅ ਕਰਨੇ ਆ, ਮਾਰਕੀਟ ਦੇ ਵਿੱਚ ਲਿਆਉਣੇ, ਕਿੱਦਾਂ ਲੋਕਾਂ ਨੂੰ ਤੱਕ ਪਹੁੰਚਾਉਣੀ ਹੈ, ਉਹਦਾ ਜਿਹੜਾ ਸਾਰਾ ਸਿਸਟਮ ਹੈ ਉਹ ਕੋਪਰੇਟ ਕਰਾਉਣੇ ਦੇ ਹੱਥ 'ਚ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ, ਉਹ ਕਿਤੇ ਨਾ ਕਿਤੇ ਪਬਲਿਕ ਦੇ ਸਿਸਟਮ ਨਾਲ ਚੱਲਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਜਿਹੜੀ ਮਹਿੰਗਾਈ ਦੀ ਮਾਰ ਤੋਂ ਬਚਣਾ ਪਵੇ। ਲੇਕਿਨ ਸਰਕਾਰ ਇੱਦਾਂ ਕਦੇ ਨੀ ਜੀ ਕਰਦੀ, ਹਰੇਕ ਚੀਜ਼ ਜਿਹੜੀ ਕੋਪਰੇਟ ਘਰਾਣਿਆਂ ਨੂੰ ਦਿੱਤੀ ਹੋਈ, ਹਰੇਕ ਚੀਜ਼ ਸਾਡੀ ਕੰਟਰੈਕਟ ਸਿਸਟਮ ਤੇ ਕਰ ਦਿੱਤੀ ਹੈ, ਇਹੀ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਜਿਹੜੀ ਸਾਡੇ ਵਾਸਤੇ ਕਮਜ਼ੋਰੀ ਬਣ ਗਈ ਹੈ ਜੀ। ਬਿਲਕੁਲ ਜੀ ਬਿਲਕੁਲ, ਹਾਲਾਂਕਿ ਦੇਖੋ ਕਾਰਪੋਰੇਟ ਘਰਾਣਿਆਂ ਦੇ ਵੀ ਤੁਸੀਂ ਵਿੱਚ ਗੱਲ ਕਰੀ ਹੈ, ਕਿਉਂਕਿ ਟੈਲੀਕਾਮ ਕੰਪਨੀਆਂ ਹੋ ਗਈ, ਐਪਲੀਕੇਸ਼ਨਸ ਹੋ ਗਏ, ਕਿਤੇ ਨਾ ਕਿਤੇ ਕਾਰਪੋਰੇਟ ਘਰਾਣੇ ਹੀ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ। ਪਰ ਕੀ ਲੱਗਦਾ ਇੱਥੇ ਕਾਰਪੋਰੇਟ ਘਰਾਣਿਆਂ ਨੂੰ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਹੈ ਕਿ ਦੇਖੋ ਇੱਥੇ ਰੇਟ ਹਾਈ ਕਰਕੇ ਜਾਂ ਫਿਰ ਹੋਰ ਚੀਜ਼ਾਂ ਦੇ ਵਿੱਚ ਵਾਧਾ ਕਰਕੇ ਆਮ ਲੋਕਾਂ ਨੂੰ ਜਿਸ ਕਦਰ ਉਹਨਾਂ ਵੱਲੋਂ ਪਰੇਸ਼ਾਨ ਕੀਤਾ ਜਾਂਦਾ, ਤਾਂ ਇੱਥੇ ਆਮ ਲੋਕ ਜੇਕਰ ਉਹਨਾਂ ਦੀ ਵਰਤੋਂ ਹੀ ਕਰਨਾ ਛੱਡ ਦੇਣਗੇ ਤਾਂ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਚੱਲਣਗੀਆਂ ਕਿੱਦਾਂ, ਕੀ ਲੱਗਦਾ? ਮੈਡਮ ਦੇਖੋ ਜੀ, ਲੋਕ ਕਦੇ ਵੀ ਟੋਟਲੀ ਬਾਈਕਾਟ ਨਹੀਂ ਜੀ ਕਰਦੇ ਹੁੰਦੇ, ਕਿਸ ਚੀਜ਼ ਟੋਟਲੀ ਬੰਦ ਨਹੀਂ ਜੀ ਕਰਦੇ, ਜਿੰਨਾ ਮਰਜ਼ੀ ਅਸੀਂ ਜ਼ੋਰ ਪਾਈਏ, ਜਿੰਨਾ ਮਰਜ਼ੀ ਸਰਕਾਰਾਂ ਲਾ ਲੈਣ ਜੀ। ਲੇਕਿਨ ਜਿਹੜੇ ਇਹ ਕੋਪਰੇਟ ਘਰਾਣੇ ਆ, ਇਹਨਾਂ ਦੇ ਲੋਕ ਆ, ਜਿੰਨਾ ਵੀ ਇਹ ਖਰਚਾ ਕਰਦੇ ਆ ਕਰੋੜਾਂ ਕਰੋੜਾਂ, ਸਾਡਾ ਸਾਰਾ ਪਬਲਿਕ ਤੇ ਹੀ ਪੈਂਦਾ, ਉਹਦੀ ਜ਼ਿੰਮੇਦਾਰ ਸਰਕਾਰ ਹੈ ਜੀ। ਜੀ ਬਿਲਕੁਲ, ਉਹਦੀ ਜ਼ਿੰਮੇਦਾਰ ਸਰਕਾਰ ਆ। ਮੰਨ ਲਓ ਹੁਣ ਅਬਾਨੀ ਦੀ ਗੱਲ ਕਰਦੇ ਆ ਜੀ, ਕਰੋੜਾਂ ਕਰੋੜਾਂ ਰੁਪਇਆ ਅਰਬਾਂ ਅਰਬਾਂ ਰੁਪਇਆ ਇੱਕ ਵਿਆਹ ਸ਼ਾਦੀ ਤੇ ਲਾ ਦਿੰਦੇ ਆ ਜੀ, ਉਹ ਇਕੱਠਾ ਕਿੱਥੋਂ ਕਰਨਾ ਹੈ ਜੀ? ਪਬਲਿਕ ਤੋਂ ਜੀ। ਬਿਲਕੁਲ ਜੀ ਬਿਲਕੁਲ, ਦੇਖੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਧਿਆਨ ਸਰਕਾਰਾਂ ਨੂੰ ਰੱਖਣਾ ਚਾਹੀਦਾ। ਜੇ ਏਦਾਂ ਹੀ ਚੱਲਦਾ ਰਿਹਾ ਜੀ, ਫਿਰ ਤਾਂ ਇੱਕ ਨਾਮ ਦੇ ਪ੍ਰਧਾਨ ਮੰਤਰੀ ਜੀ ਰਹਿ ਗਿਆ, ਨਾਮ ਦੀਆਂ ਸਰਕਾਰਾਂ ਰਹਿ ਗਈਆਂ, ਚਲਾ ਤਾਂ ਇਹ ਲੋਕ ਰਹੇ ਜੀ ਦੇਸ਼ ਨੂੰ।
ਬਿਲਕੁਲ ਦੇਖੋ ਇੱਥੇ ਕਿਤੇ ਨਾ ਕਿਤੇ ਹੁਣ ਜਿੱਦਾਂ ਕਿ ਟੈਲੀਕਾਮ ਕੰਪਨੀਆਂ ਦੇ ਵੱਲੋਂ ਆਪਣੇ ਰਿਚਾਰਜ ਮਹਿੰਗੇ ਕੀਤੇ ਗਏ ਸੀ, ਆਪਾਂ ਇੱਕ ਵਾਰ ਫਿਰ ਤੋਂ ਇੱਥੇ ਇਸ ਬਾਰੇ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹ ਜਿਹੜੇ ਮੁੱਦੇ ਨੇ ਕਾਫੀ ਹੱਦ ਤੱਕ ਲੋਕਾਂ ਦੇ ਨਾਲ ਰਿਲੇਟ ਕਰਦੇ ਨੇ ਤੇ ਆਮ ਪਬਲਿਕ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਫਿਰਦੀ ਹੈ। ਕੀ ਲੱਗਦਾ ਸ਼ਰਮਾ ਜੀ, ਜਿੱਦਾਂ ਕਿ ਹੁਣ ਤੁਸੀਂ ਦੱਸਿਆ ਹੈ ਕਿ ਇਹਨਾਂ ਦੇ ਵਿਆਹ ਸ਼ਾਦੀਆਂ ਹੋ ਗਏ ਜਾਂ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਜਿਹਨਾਂ ਨੂੰ ਲੈ ਕੇ ਇੱਥੇ ਅਚਾਨਕ ਕੰਪਨੀ ਦੇ ਵੱਲੋਂ ਕੁਝ ਕੁ ਚੀਜ਼ਾਂ ਦੇ ਜਿਹੜੇ ਰੇਟ ਨੇ ਵਧਾ ਦਿੱਤੇ ਜਾਂਦੇ ਨੇ, ਪਰ ਕੀ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਕਰਕੇ, ਦੇਖੋ ਜਿੱਦਾਂ ਤੁਸੀਂ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਨੇ ਜੋ ਇੱਥੇ ਪਰਮਾਨੈਂਟ ਜਿਹੜਾ ਬਾਈਕਾਟ ਹੈ ਉਹ ਨਹੀਂ ਕਰਦੇ, ਜਿੱਦਾਂ ਕਿ ਹੁਣ ਵੀ ਹਾਲ ਹੀ ਦੇ ਵਿੱਚ ਟਵਿੱਟਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਟਵਿੱਟਰ ਦੇ ਉੱਤੇ ਟ੍ਰੈਂਡ ਚੱਲ ਰਿਹਾ ਜੀਓ ਬਾਈਕਾਟ ਦਾ। ਇੱਥੇ ਹਾਲਾਂਕਿ ਟ੍ਰੈਂਡ ਤਾਂ ਚੱਲ ਰਿਹਾ, ਪਰ ਜਿਹੜੇ ਲੋਕ ਜਿਹੜੇ ਲੋਕਾਂ ਦਾ ਸਟੇਟਸ ਥੋੜਾ ਠੀਕ ਹੈ, ਮੇਨਟੇਨ ਹੈ, ਜੋ ਮਿਡਲ ਕਲਾਸ ਤੋਂ ਉੱਤੇ ਨੇ, ਉਹ ਲੋਕ ਤਾਂ ਫਿਰ ਵੀ ਚਲੋ ਕੋਈ ਨਾ ਕੋਈ ਹਿੱਲਾ ਕਰਕੇ ਆਪਣਾ ਜੁਗਾੜ ਲਗਾ ਲੈਂਦੇ ਨੇ, ਜਾਂ ਫਿਰ ਜਿਨ੍ਹਾਂ ਦੀ ਇਨਕਮ ਸੋਰਸ ਅੱਛੀ ਹੈ ਉਹ ਲੋਕ ਇੱਥੇ ਰਿਚਾਰਜ ਕਰਵਾਉਣ ਦੇ ਵਿੱਚ ਥੋੜਾ ਬਹੁਤਾ ਉਹਨਾਂ ਨੂੰ ਹੁੰਦਾ ਕਿ ਜ਼ਿਆਦਾ ਮਹਿੰਗਾ ਨਹੀਂ ਹੈ, ਚਲੋ ਕੋਈ ਗੱਲ ਨਹੀਂ, ਇਟਸ ਓਕੇ। ਪਰ ਜੇਕਰ ਆਪਾਂ ਆਮ ਬੰਦੇ ਦੀ ਗੱਲ ਕਰਦੇ ਹਾਂ, ਮਿਡਲ ਕਲਾਸ ਫੈਮਿਲੀਜ਼ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਉਹੀ ਮਹੀਨੇ ਦਾ 15,000 ਜਾਂ 10,000 ਕਮਾਉਣਾ ਹੈ, ਇਹਨਾਂ ਲੋਕਾਂ ਨੂੰ ਇੱਥੇ ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਦੇਖੋ ਇੱਕ ਬੰਦੇ ਦਾ ਰਿਚਾਰਜ ਹੀ ਇੰਨਾ ਜ਼ਿਆਦਾ ਮਹਿੰਗਾ ਹੈ ਤੇ ਉਸਨੂੰ ਇੰਟਰਨੈਟ ਦੀ ਜ਼ਰੂਰਤ ਵੀ ਹੈ। ਇੱਕ ਹੋ ਗਿਆ ਜ਼ਰੂਰਤ, ਇੱਕ ਹੋ ਗਿਆ ਜ਼ਰੂਰਤ ਤੇ ਮਜਬੂਰੀ। ਕੀ ਲੱਗਦਾ? ਦੇਖੋ ਮੈਡਮ, ਇਹਨੂੰ ਜ਼ਰੂਰਤ ਸਰਕਾਰਾਂ ਕਹਿ ਰਹੀਆਂ ਜੀ, ਇਹ ਸਾਡੀ ਜ਼ਰੂਰਤ ਬਣਾ ਦਿੱਤੀ ਜੀ ਮੋਬਾਈਲ। ਮੋਬਾਈਲ ਜ਼ਰੂਰਤ ਬਣਾ ਦਿੱਤੀ ਸਾਡੀਆਂ ਡਿਊਟੀਆਂ ਦੇ ਵਿੱਚ, ਸਾਡੀਆਂ ਨੌਕਰੀਆਂ ਦੇ ਵਿੱਚ। ਬਿਲਕੁਲ, ਮੋਬਾਈਲ ਜ਼ਰੂਰਤ ਬਣਾ ਦਿੱਤੀ ਸਾਡੀਆਂ ਬੱਚਿਆਂ ਦੀਆਂ ਪੜ੍ਹਾਈਆਂ ਦੇ ਵਿੱਚ। ਇਹਨਾਂ ਚੀਜ਼ਾਂ ਵੱਲ ਸਰਕਾਰ ਇਸੀ ਕਰਕੇ ਵਧੀਆ ਵੀ ਲੋਕ ਵੱਧ ਤੋਂ ਵੱਧ ਮੋਬਾਈਲ ਖਰੀਦਣਗੇ, ਮੋਬਾਈਲ ਕੰਪਨੀਆਂ ਦੇ ਵਿਕਣਗੇ, ਵੱਧ ਤੋਂ ਵੱਧ ਰਿਚਾਰਜ ਹੋਣਗੇ, ਕਿਉਂਕਿ ਮੈਡਮ ਇਹਨਾਂ ਦਾ ਦੇਣ ਦੇਣ ਕੰਪਨੀਆਂ ਦਾ ਉੱਪਰ ਸਰਕਾਰਾਂ ਦੇ ਨਾਲ ਚੱਲਦਾ, ਜਿਹੜੀ ਰਹਿੰਦੀ ਸਰਕਾਰ ਹੁੰਦੀ ਹੈ ਉਹਨੂੰ ਇਹ ਮੁਕਤੀ ਕਰਕੇ ਚੱਲਦਾ ਜੀ। ਇਸੀ ਕਰਕੇ ਅਸੀਂ ਕਹਿੰਦੇ ਹਾਂ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਾਡੇ ਦੇਸ਼ ਦੀ ਸਰਕਾਰਾਂ ਸਰਕਾਰ ਦੇ ਹਿਸਾਬ ਨਾਲ ਚੱਲਣੀ ਚਾਹੀਦੀ ਹੈ, ਨਾ ਕਿ ਇਹਨਾਂ ਲੋਕਾਂ ਦੇ ਹਿਸਾਬ ਨਾਲ ਚੱਲਣੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ, ਉਹੀ ਗੱਲ ਆ ਜਾਂਦੀ ਹੈ ਕਿ ਦੇਖੋ ਕੋਈ ਵੀ ਚੀਜ਼ ਦੇ ਵਿੱਚ ਕੋਈ ਵੀ ਫੈਸਲਾ ਹੋਵੇ ਸਰਕਾਰ ਦਾ, ਇਸਦਾ ਜਿਹੜਾ ਹੈ ਉਹ ਆਮ ਬੰਦਾ ਹੈ, ਇਸਦਾ ਉਹੀ ਬੰਦਾ ਹੈ ਜਿਸਦਾ ਇਨਕਮ ਸੋਰਸ ਘੱਟ ਹੈ। ਕੀ ਲੱਗਦਾ ਇੱਥੇ ਸਰਕਾਰਾਂ ਜੇਕਰ ਇੰਨੀ ਮਹਿੰਗਾਈ ਕਰਦੀਆਂ ਨੇ ਤਾਂ ਇਨਕਮ ਸੋਰਸ ਦੇ ਵਿੱਚ ਵੀ ਉਹਨਾਂ ਨੂੰ ਥੋੜਾ ਗੌਰ ਕਰਨਾ ਚਾਹੀਦਾ ਹੈ, ਕਿਉਂਕਿ ਇਨਕਮ ਸੋਰਸ ਇੰਨਾ ਘੱਟ ਹੈ, ਮਹਿੰਗਾਈ ਤੁਸੀਂ ਇੰਨੀ ਜ਼ਿਆਦਾ ਕਰ ਰਹੇ ਹੋ ਕਿ ਆਮ ਬੰਦਾ ਮਜਬੂਰੀ ਦੇ ਵਿੱਚ ਫਿਰ ਆ ਕੇ ਕੀ ਕਰੇ। ਮੈਡਮ ਦੇਖੋ ਇਨਕਮ ਸੋਰਸ ਦਾ ਸਰਕਾਰਾਂ ਕਿਆ ਸੋਚਣਗੀਆਂ ਜੀ, ਸਾਡੇ ਸੂਬੇ ਚ ਤਾਂ ਬਾਕੀ ਸਾਨੂੰ ਸੂਬਿਆਂ ਦਾ ਨੀ ਜੀ ਪਤਾ ਹੈ, ਸਾਡੇ ਸੂਬੇ ਚ ਤਾਂ ਇਹੀ ਡੀਸੀ ਰੇਟ ਤੱਕ ਵੀ ਲਾਗੂ ਨੀ ਜੀ ਹੈ ਜੀ। ਦੇਖੋ ਕੋਈ 200 ਦਿਹਾੜੀ ਦੇ ਰਿਹਾ, ਕੋਈ 250 ਦੇ ਰਿਹਾ, ਕੋਈ 300 ਦੇ ਰਿਹਾ, ਕੋਈ 400 ਦੇ ਰਿਹਾ, 500 ਦੇ ਰਿਹਾ, ਅਸੀਂ ਇਹ ਨੀ ਕਹਿ ਰਹੇ ਵੀ ਕਿਉਂ ਦੇ ਰਿਹਾ ਜੀ, ਲੇਕਿਨ ਅਸੀਂ ਇਹ ਕਹਿ ਰਹੇ ਹਾਂ ਵੀ ਉਹ ਸਿਸਟਮ ਚ ਹੋਣਾ ਚਾਹੀਦਾ ਜੀ, ਉਹ ਤੈਅ ਹੋਣਾ ਚਾਹੀਦਾ ਵੀ ਮਜ਼ਦੂਰ ਤੋਂ ਕਿੰਨੇ ਘੰਟੇ ਦੀ ਦਿਹਾੜੀ ਆ, ਜਾਂ ਜਿਹੜੇ ਪ੍ਰਾਈਵੇਟ ਸੈਕਟਰ ਚ ਲੋਕ ਕੰਮ ਕਰਦੇ ਆ, ਪ੍ਰਾਈਵੇਟ ਨੌਕਰੀਆਂ ਕਰਦੇ ਆ, ਉਹ 18-18, 20-20 ਘੰਟੇ, 15-15 ਘੰਟੇ ਕੰਮ ਕਰਕੇ ਸੈਲਰੀ ਉਹਨਾਂ ਦੀ ਉਹੀ ਫਿਰ ਘੱਟ ਆਉਂਦੀ ਆ। ਏਦਾਂ ਦਾ ਸਿਸਟਮ ਚਾਹੀਦਾ ਵੀ ਜਿਹੜੀ ਲੋਕਾਂ ਦਾ ਕੰਮ ਵੀ ਚੱਲਦਾ ਰਹੇ ਔਰ ਲੋਕਾਂ ਦੀ ਡਿਊਟੀ ਵੀ ਲੱਗਦੀ ਰਹੇ, ਲੋਕਾਂ ਨੂੰ ਮਿਹਨਤ ਨਾਲ ਜਿਹੜਾ ਪੂਰਾ ਮਿਲਦਾ ਰਹੇ ਜੀ, ਸਿਸਟਮ ਇਹ ਸਾਧਨ ਸਰਕਾਰਾਂ ਨੂੰ ਚਲਾਉਣਾ ਚਾਹੀਦਾ ਹੈ। ਬਿਲਕੁਲ ਜੀ ਬਿਲਕੁਲ, ਦੇਖੋ ਸੰਜੀਵ ਜੀ ਮੈਂ ਉਹੀ ਗੱਲ ਇੱਥੇ ਕਹਿ ਰਹੀ ਹਾਂ ਕਿ ਕਿਤੇ ਨਾ ਕਿਤੇ ਇਨਕਮ ਸੋਰਸ ਦੇ ਵਿੱਚ ਵਾਧੇ ਹੋਣੇ ਚਾਹੀਦੇ ਨੇ, ਕਿਉਂਕਿ ਜੇਕਰ ਇਨਕਮ ਨਾਲ ਦੇ ਨਾਲ ਇਨਕਮ ਦੇ ਵਿੱਚ ਵਾਧਾ ਹੋ ਜਾਵੇ ਤਾਂ ਸ਼ਾਇਦ ਬੈਲੈਂਸ ਜਿਹੜਾ ਇਹ ਹੈ ਕਿ ਟੈਲੀਕਾਮ ਕੰਪਨੀਆਂ ਦੇ ਵੱਲੋਂ ਹਾਲਾਂਕਿ ਕੀ ਸੋਚਿਆ ਗਿਆ ਇੱਥੇ, ਜਾਂ ਫਿਰ ਜ਼ੋਮੈਟੋ ਫੂਡ ਜਿਹੜੀ ਕੰਪਨੀਆਂ ਨੇ ਇਹਨਾਂ ਦੇ ਵੱਲੋਂ ਕੀ ਸੋਚ ਕੇ ਮਹਿੰਗਾ ਕੀਤਾ ਜਾ ਰਿਹਾ, ਫਿਲਹਾਲ ਇਹਦੇ ਉੱਤੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਇੱਥੇ ਜੇਕਰ ਇਹਨਾਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਨੂੰ ਇੱਥੇ ਚਾਹੀਦਾ ਹੈ ਕਿ ਇਨਕਮ ਸੋਰਸ ਦੇ ਵਿੱਚ ਵੀ ਉਨਾ ਹੀ ਵਾਧਾ ਜਿਹੜਾ ਹੈ ਲੋਕਾਂ ਦੀ ਤਾਂ ਕੀਤਾ ਜਾਣਾ ਚਾਹੀਦਾ, ਤਾਂ ਕਿ ਆਮ ਪਬਲਿਕ ਇੱਥੇ ਹੈਰਾਸ਼ ਨਾ ਹੋਵੇ ਜਾਂ ਪਰੇਸ਼ਾਨ ਨਾ ਹੋਵੇ।
ਦੇਖੋ ਮੈਡਮ, ਸਰਕਾਰ ਨੂੰ ਸਿਸਟਮ ਚ ਆਉਣ ਦੀ ਜ਼ਰੂਰਤ ਹੈ ਜੀ, ਬਿਲਕੁਲ। ਸਰਕਾਰ ਨੂੰ ਚੇਂਜਿੰਗ ਕਰਨ ਦੀ ਜ਼ਰੂਰਤ ਹੈ ਜੀ, ਸੋਚ ਕੇ ਸਰਕਾਰ ਚੱਲਦੀ ਹੈ ਜੀ। ਇਸ ਇਸ ਦੇ ਹਿਸਾਬ ਨਾਲ ਤਾਂ ਜੀ ਜਿਹੜੇ ਸਾਡੇ ਦੇਸ਼ ਦੇ ਲੋਕ ਹੈ ਉਹ ਕਿਤੇ ਨਾ ਕਿਤੇ ਦਬਦੇ ਪਿਸਦੇ ਰਹਿ ਜਾਣਗੇ ਜੀ। ਦੇਖੋ ਜ਼ਿੰਦਗੀ ਲਾਈਫ ਇੱਕ ਵਾਰ ਮਿਲਦੀ ਹੈ, ਉਹਦੇ ਵਿੱਚ ਵੀ ਜੇ ਬੰਦੇ ਨੂੰ ਸਾਰੀ ਉਮਰ ਮਹਿੰਗਾਈਆਂ ਦਾ ਸਾਹਮਣਾ ਕਰਨਾ ਪਵੇ, ਸਾਰੀ ਉਮਰ ਦੁੱਖਾਂ ਦਾ ਸਾਹਮਣਾ ਕਰਨਾ ਪਵੇ ਜੀ, ਅਸੀਂ ਵੋਟ ਪਾ ਕੇ ਇਹਨਾਂ ਲੋਕਾਂ ਦੀ ਸਰਕਾਰ ਕਿਉਂ ਬਣਾਉਂਦੇ ਜੀ? ਅਸੀਂ ਇਸੀ ਕਰਕੇ ਸਰਕਾਰਾਂ ਚੁਣਦੇ ਹਾਂ ਵੀ ਤਾਂ ਜੋ ਸਾਡੇ ਵਜਨ ਆ, ਸਾਡੇ ਸਿਰ ਦਾ ਭਾਰ ਆ, ਕਿਤੇ ਨਾ ਕਿਤੇ ਸਰਕਾਰਾਂ ਇਸ ਤਰੀਕੇ ਨਾਲ ਸੋਲਵ ਕਰਨ ਵੀ ਜਿਹਦੇ ਅਸੀਂ ਨੌਕਰੀ ਕਰਦੇ ਹਾਂ ਜਿਹਦੇ ਕੋਲ, ਉਹਨੂੰ ਵੀ ਸਾਨੂੰ ਤਨਖਾਹ ਲੱਗੇ ਦੇਣ ਲੱਗੇ ਤਕਲੀਫ ਨਾ ਹੋਵੇ, ਸਾਨੂੰ ਤਨਖਾਹ ਲੈਣ ਲੱਗੇ ਵੀ ਤਕਲੀਫ ਨਾ ਹੋਵੇ, ਸਾਡੀ ਤਨਖਾਹ ਘੱਟ ਆਈ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ। ਧੰਨਵਾਦ ਮੈਡਮ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਤਾਂ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇਹ ਹੈ ਕਿ ਰਾਤੋਂ ਰਾਤ ਸਵਿਗੀ ਤੇ ਜ਼ੋਮੈਟੋ ਨੇ ਆਪਣੇ ਰੇਟ ਜਿਹੜੇ ਨੇ ਉਹ ਵਧਾ ਦਿੱਤੇ ਨੇ। ਹਾਲਾਂਕਿ ਇਹ ਤਾਂ ਫੂਡ ਦੇ ਵਿੱਚ ਜਿਹੜੇ ਰੇਟ ਨੇ ਵਧਾਏ ਗਏ ਨੇ, ਪਰ ਇਸ ਤੋਂ ਉੱਪਰ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਹੋਰ ਵੀ ਮਹਿੰਗਾਈ ਦੇ ਹੋਰ ਵੀ ਮੁੱਦੇ ਜਿਹੜੇ ਆਪਣੇ ਦੇਸ਼ ਦੇ ਵਿੱਚ ਚੱਲ ਰਹੇ ਨੇ, ਜਿੱਦਾਂ ਕਿ ਮੰਡੀ ਦੇ ਰੇਟ ਹਾਈ ਹੋ ਜਾਣਾ ਅਚਾਨਕ, ਤੇ ਦੂਸਰੀ ਗੱਲ ਟੈਲੀਕਾਮ ਕੰਪਨੀਆਂ ਦੇ ਵੱਲੋਂ ਜਿਹੜੇ ਇੱਥੇ ਰੇਟ ਵਧਾਏ ਗਏ ਨੇ, ਰੀਚਾਰਜ ਪਲਾਨ ਮਹਿੰਗੇ ਕੀਤੇ ਗਏ ਨੇ, ਇਹਨਾਂ ਦਾ ਵੀ ਕਿਤੇ ਨਾ ਕਿਤੇ ਆਮ ਪਬਲਿਕ ਤੇ ਕਾਫੀ ਹੱਦ ਤੱਕ ਜਿਹੜਾ ਅਸਰ ਹੈ ਉਹ ਦੇਖਣ ਨੂੰ ਮਿਲ ਰਿਹਾ। ਤਾਂ ਤੁਹਾਡੇ ਇਸ ਵਿਸ਼ੇ ਦੇ ਉੱਤੇ ਕੀ ਰਾਏ ਹੈ, ਕੀ ਕਮੈਂਟ ਤੁਹਾਡੇ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ। ਤੇ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ TV, ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ। ਧੰਨਵਾਦ।